ਸਿੱਖੀ ਦੇ ਬੂਟੇ ਨੂੰ ਜਿਹੜਾ ਸੁੱਕਦਾ ਜਾਂਦਾ ਇਹਨੂੰ ਮੁੜ ਸਰਜੀਤ ਕਰ ਦਿਓ ਗੁਰੂ ਦੇ ਮੰਤਰ ਨੂੰ ਦਿਨ ਰਾਤ ਜਪੋ ਪਰਿਵਾਰ ਦੇ ਵਿੱਚ ਬੈਠ ਕੇ ਜਪੋ ਨਹੀਂ ਸਮਝ ਲੱਗਦੀ ਗੁਰਬਾਣੀ ਨੂੰ ਵਿਚਾਰੋ ਫਿਰ ਨਹੀਂ ਸਮਝ ਲੱਗਦੀ ਤੇ ਆ ਕਿੰਨੇ ਅਨੇਕਾਂ ਗੁਰਸਿੱਖ ਪ੍ਰਗਟ ਹੋ ਚੁੱਕੇ ਆ ਜਿਨ੍ਹਾਂ ਦੇ ਅੰਦਰ ਅੰਮ੍ਰਿਤ ਰਸ ਪ੍ਰਗਟ ਹੈ ਜੋ ਤੁਹਾਡੇ ਇਲਾਕੇ ਦੇ ਵਿੱਚ ਵਿਚਰ ਰਹੇ ਆ ਤੁਹਾਡੇ ਸੰਜੋਗੀਆਂ ਦੇ ਅੰਦਰ ਨਾਮ ਦੀ ਬਾਤ ਚੱਲਦੀ ਇਹਨਾਂ ਨੂੰ ਪੁੱਛ ਲਓ ਕੋਈ ਵੀ ਮਿਲਦਾ ਤੁਹਾਨੂੰ ਜੋ ਦੀਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੂ ਪਐ ਜਿਓ ਗੁਰ ਸਿੱਖ ਹੋਵੇ ਨਾਮ ਦੀ ਸੱਚ ਦੀ ਕਹਾਣੀ ਦੱਸੇ ਸਪੁੱਝ ਕੇ ਅਭਿਆਸ ਕਰਕੇ ਆਪਦੇ ਜੀਵਨ ਨੂੰ ਸਫਲ ਕਰੋ ਜਨਮ ਮਰਨ ਤੋਂ ਰਹਿਤ ਹੋ ਜਾਓ ਜਨਮ ਮਰਨ ਤੋਂ ਰਹਿਤ ਹੋਣ ਦੀ ਨਿਸ਼ਾਨੀ ਹੈ ਤੁਹਾਡੇ ਅੰਦਰ ਅਨਹਦ ਵਾਜੇ ਚੱਲਣਗੇ ਤੁਹਾਡੇ ਮੁਖ ਵਿੱਚ ਅੰਮ੍ਰਿਤ ਮਿੱਠਾ ਆਉਣਾ ਸ਼ੁਰੂ ਹੋ ਜਾਏਗਾ ਤੁਸੀਂ ਜਨਮ ਮਰਨ ਤੋਂ ਰਹਿਤ ਹੋ ਜੀਵਨ ਮੁਕਤ ਹੋ ਕੇ ਜਿਓ ਹਰ ਵਕਤ ਗੁਰਮੰਤਰ ਨੂੰ ਮੁਖ ਵਿੱਚ ਰੱਖ ਕੇ ਜੋ ਸਾਹਮਣੇ ਸੱਚ ਬ੍ਰਹਮ ਦਾ ਪ੍ਰਕਾਸ਼ ਹੈ ਇਹਨੂੰ ਦੇਖਦੇ ਹੋਏ ਜਿਉ। ਇਹ ਸਿੱਖੀ ਹੈ ਇਹਨੂੰ ਮੋੜ ਸਰਜੀਤ ਕਰੋ। ਔਰ ਖਾਸ ਧਿਆਨ ਰੱਖੋ ਜਿਹੜੀ ਆਪਣੀ ਆ ਪੀੜ੍ਹੀ ਆ ਗਈ ਹੈ ਨੇ ਛੋਟੇ-ਛੋਟੇ ਬੱਚੇ ਹਜੇ ਸਾਲ 2 ਸਾਲ ਦੇ। ਇਹਨਾਂ ਨੂੰ ਆਪਾਂ ਗੁਰਬਾਣੀ ਤੋਂ ਟੁੱਟਣ ਤੋਂ ਬਚਾਉਣਾ ਹੈ, ਨਾਮ ਦੇ ਨਾਲ ਆਪਾਂ ਜੋੜਨਾ ਹੈ ਇਹਨਾਂ ਨੂੰ। ਜੋ ਬੱਚੇ ਵਿਦੇਸ਼ਾਂ ਵਿੱਚ ਨੇ ਉਹਨਾਂ ਨੂੰ ਖਾਸ ਕਰਕੇ ਧਿਆਨ ਰੱਖਣਾ ਪੈਣਾ ਹੈ। ਕਿਉਂ ਕਿਤੇ ਗੁਰਮੰਤਰ ਤੋਂ ਨਾ ਟੁੱਟ ਜਾਣ, ਬਾਣੀ ਤੋਂ ਨਾ ਟੁੱਟ ਜਾਣ ਜੇ ਉਹ ਟੁੱਟ ਗਏ। ਬڑے ਹਜ਼ਾਰਾਂ ਬਰਸ ਪਿੱਛੇ ਚਲੇ ਜਾਣਗੇ ਕਿਉਂਕਿ ਅਸੀਂ ਇੰਨੀ ਭਗਤੀ ਨਹੀਂ ਸੀ ਕਰ ਸਕਦੇ ਅਸੀਂ ਕੇਵਲ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਮੰਨਿਆ ਉਹਨਾਂ ਦੇ ਪਿੱਛੇ ਲੱਗੇ ਆ ਸਾਡੇ ਹਜ਼ਾਰਾਂ ਬਰਸ ਦਾ ਤਪ ਹੋ ਗਿਆ ਇੱਕੋ ਜਨਮ ਚ ਆਪਾਂ ਉਹਨਾਂ ਨੂੰ ਭਗਤੀ ਕਰ ਸਕਦੇ ਸੀ ਪਰ ਸਿਰਫ ਜੋ ਸਤਗੁਰ ਨੇ ਕਿਹਾ ਉਹ ਮੰਨੀ ਜਾਓ ਤਾਂ ਜਿੰਨੀ ਸਤਗੁਰ ਦੀ ਭਗਤੀ ਹੈ ਉਹਦੇ ਵਿੱਚ ਤੁਸੀਂ ਸ਼ਾਮਲ ਹੋ ਜਾਂਦੇ ਹੋ ਆਪਾਂ ਉਨੀ ਭਗਤੀ ਨਹੀਂ ਕਰ ਸਕਦੇ ਸਿਰਫ ਸਾਧ ਦਾ ਜਿਹੜਾ ਬਚਨ ਹੁੰਦਾ ਹੈ ਬਚਨ ਨੂੰ ਮੰਨੀ ਜਾਓ ਤੁਸੀਂ ਸਾਧ ਦੀ ਭਗਤੀ ਦੇ ਬਰਾਬਰ ਹੋ ਜਾਓਗੇ ਉਹਦੇ ਨਾਲ ਭਾਈਵਾਲ ਬਣ ਜਾਂਦੇ ਹੋ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਔਰ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਮੰਨਣਾ ਛੱਡ ਦਿੱਤਾ ਤਾਂ ਸਮਝੋ ਹਜ਼ਾਰਾਂ ਬਰਸ ਦੀ ਭਗਤੀ ਪਿੱਛੇ ਚਲੇ ਗਏ ਤੁਸੀਂ ਉਸ ਜੀਵਨ ਵਿੱਚ ਚਲੇ ਗਏ ਜਿਨ੍ਹਾਂ ਦਾ ਕੋਈ ਗੁਰੂ ਪੀਰ ਪਗੰਬਰ ਨਹੀਂ ਜਿਹੜੇ ਨਸ਼ੇ ਦੇ ਸਾਰੇ ਚੱਲਦੇ ਆ ਜਿਹੜੇ ਕਾਮ ਦੇ ਸਾਰੇ ਚੱਲਦੇ ਆ ਜਿਹੜੇ ਨੰਗੇਜ ਹੋ ਕੇ ਰਹਿੰਦੇ ਆ ਜਿਹੜੇ ਕਹਿੰਦੇ ਆ ਰੱਬ ਹੈ ਹੀ ਨਹੀਂ ਜਿਹੜੇ ਕਹਿੰਦੇ ਆ ਕੋਈ ਗੁਰਦੁਆਰਾ ਪੀਰ ਪਗੰਬਰ ਗੁਰਬਾਣੀ ਪੜ੍ਹਨੀ ਨਹੀਂ ਨੀ ਜਿਨ੍ਹਾਂ ਨੂੰ ਆਉਂਦੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਹੈਗਾ ਉਹਨਾਂ ਨੂੰ ਗੁਰੂ ਧਾਰਨ ਕਰਾਂਗੇ ਅਸੀਂ ਐਨੀ ਪਿਛੜੀ ਹੋਈ ਕੌਮ ਨੂੰ ਅਸੀਂ ਆਪ ਦਾ ਮੁਖੀ ਬਣਾਵਾਂਗੇ ਜਿਹੜਾ ਅੱਜ ਤੱਕ ਨਹੀਂ ਬਣਾਇਆ ਮੈਂ ਭਾਰਤ ਪਾਕਿਸਤਾਨ ਦੀ ਵੰਡ ਦੀ ਗੱਲ ਕੀਤੀ ਹੈ ਵੀ ਉਦੋਂ ਆਪਣੇ ਬਜ਼ੁਰਗ ਨਾਮ ਦੀ ਅਣਖ ਰੱਖਦੇ ਸੀ ਗੁਰੂ ਦੀ ਅਣਖ ਰੱਖਦੇ ਸੀ ਲੱਤ ਮਾਰ ਕੇ ਆਗੇ ਜ਼ਮੀਨਾਂ ਨੂੰ ਜਿਹੜੀ ਹੋਊਗੀ ਦੇਖੀ ਜਾਊਗੀ ਸਾਡੀ ਆ ਜਣਖ ਕਿਉਂ ਮਰ ਗਈ ਗੁਰੂ ਤੋਂ ਬਿਨਾ ਅਸੀਂ ਇੰਨੇ ਗਿਰੇ ਹੋਏ ਹੋ ਗਏ ਵੀ ਸਾਨੂੰ ਆਪ ਦਾ ਚੋਲਾ ਭੇੜਾ ਲੱਗਣ ਲੱਗ ਗਿਆ ਸਾਨੂੰ ਸਾਡੇ ਕੇਸ ਭੇੜੇ ਲੱਗਣ ਲੱਗੇ ਐਨੀ ਸਾਡੀ ਜਮੀਰ ਮਰ ਗਈ ਔਰ ਸਾਨੂੰ ਚੰਗੇ ਕੌਣ ਲੱਗਦੇ ਆ ਗੋਰੇ ਆ ਜੀ ਕਾਹਦੇ ਗੋਰੇ ਆ ਉੱਥੇ ਤਾਂ ਸਾਰੀ ਦੀ ਠੰਡ ਪਈ ਜਾਂਦੀ 7-7 8-8 ਮਹੀਨੇ ਸੂਰਜ ਨਹੀਂ ਨਿਕਲਦਾ ਆਪੇ ਗੋਰੇ ਹੋਣਾ ਉਹਨਾਂ ਨੇ ਚਮੜੀ 'ਚ ਰੋਗ ਲੱਗੇ ਪਿਆ ਉਹਨਾਂ ਦੀ ਰੀਸ ਕਰਨ ਲੱਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਵਹਿਗਰੂ ਕੀ ਹੁੰਦਾ ਗੁਰਬਾਣੀ ਕੀ ਹੁੰਦੀ ਹੈ ਜਿਨ੍ਹਾਂ ਦੀ ਕੌਮ ਦੇ ਵਿੱਚ ਕੋਈ ਸ਼ਹੀਦੀ ਨਹੀਂ ਹੋਈ ਅਜੇ ਤੱਕ ਨਹੀਂ ਗੁਰਮੁਖ ਪਿਆਰਿਓ ਦੇਖੋ ਕਿਹੜੀ ਕੌਮ ਦਾ ਤੁਸੀਂ ਪਿੱਛਾ ਕਰਦੇ ਪਿਓ ਸਾਡੀ ਸ਼ਹੀਦਾਂ ਦੀ ਕੌਮ ਗੁਰੂਆਂ ਪੀਰਾਂ ਦੀ ਕੌਮ ਸਾਨੂੰ ਪਤਾ ਹੈ ਸਾਡਾ ਪਿਤਾ ਕੌਣ ਹੈ ਸਾਡੀ ਮਾਤਾ ਕੌਣ ਸਾਡਾ ਦਾਦਾ ਕੌਣ ਸਾਡਾ ਪਰਦਾਦਾ ਕੌਣ ਸਾਡਾ ਨਕੜਦਾਦਾ ਕੌਣ ਸਾਨੂੰ ਪਤਾ ਹੈ ਸਾਡੇ ਬਾਪ ਦਾਦੇ ਨੇ ਕਿੰਨੀਆਂ-ਕਿੰਨੀਆਂ ਸ਼ਹੀਦੀਆਂ ਦਿੱਤੀਆਂ ਆਪਦੀ ਲਹੂ ਦੀ ਨਾਲ ਇਸ ਧਰਤੀ ਨੂੰ ਸਿਰਜੀਤ ਕੀਤਾ ਤੇ ਜਿਨ੍ਹਾਂ ਨੂੰ ਕੋ ਇਤਿਹਾਸ ਨਹੀਂ ਪਤਾ ਨਸ਼ੇ ਪਿੱਛੇ ਪਰ ਤਰੀ ਪਰ ਰੂਪ ਪਿੱਛੇ ਕਮਾਲ ਹੋ ਗਈ ਏਨੀ ਜਮੀਰ ਮਰ ਗਈ ਸਾਡੀ ਇਸ ਕਰਕੇ ਸੰਭਾਲੀਏ ਆਪਾਂ ਕੌਮ ਦਾ ਮਕਸਦ ਇਹ ਨਹੀਂ ਹੁੰਦਾ ਵੀ ਪੈਸਾ ਕਿਵੇਂ ਕਮਾਇਆ ਜਾਵੇ ਇੱਕ ਸਫਲ ਕੌਮ ਉਹ ਹੁੰਦੀ ਹੈ ਜਿਹੜੀ ਨਾਲ ਇਹ ਵੀ ਸੋਚਦੀ ਹੈ ਮੇਰੀ ਆਉਣ ਵਾਲੀਆਂ ਪੀੜ੍ਹੀਆਂ ਕਿਵੇਂ ਬਚ ਕੇ ਰਹਿਣਗੀਆਂ ਜੇ ਆਪਾਂ ਨਾ ਸੋਚਾਂਗੇ ਕੌਣ ਸੋਚੂਗਾ ਆਪਣੀ ਗਿਣਤੀ ਕਿੰਨੀ ਕਹੇ ਅਪਾ ਜੇ ਇਹ ਨਾ ਸੋਚਾਂਗੇ ਵੀ ਆਉਣ ਵਾਲੀ ਪੀੜ੍ਹੀ ਕਿਵੇਂ ਬਚੂਗੀ ਉਹਦੇ ਲਈ ਪ੍ਰਬੰਧ ਨਾ ਕਰਾਂਗੇ ਤੇ ਮਹਾਰਾਏ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਹੈ ਵੀ ਜਿਵੇਂ ਜਿਵੇਂ ਕਲਯੁਗ ਦਾ ਪਹਿਰਾ ਵਧੂਗਾ ਬਾਣੀ ਨਾਲ ਜੁੜੇ ਰਹਿਣਗੇ ਸਿਮਰਨ ਕਰਦੇ ਰਹਿਣਗੇ ਬਚੇ ਰਹਿਣਗੇ ਸਾਡੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਲਿਖੀ ਹੈ ਤੇ ਜੇ ਬਾਣੀ ਦਾ ਪਹਿਰਾ ਟੁੱਟ ਗਿਆ ਪੀੜ੍ਹੀਆਂ ਤਾਂ ਗਈਆਂ ਉੱਥੇ ਲਚਰਤਾ ਦੇ ਵਿੱਚ ਜਦੋਂ ਬਾਣੀ ਨਹੀਂ ਫਿਰ ਕੀ ਹੈ ਨਸ਼ਾ ਹੈ ਲਚਰਤਾ ਹੈ ਪਰ ਤਰੀ ਪਰ ਰੂਪ ਹੈ ਫੈਸ਼ਨ ਹੈ ਇੱਕ ਜਨਮ ਦੇ ਵਿੱਚ ਹੀ ਸਾਰਾ ਸਾਫ਼ ਕਰ ਦੇਣਗੇ ਜਿਹੜਾ ਤੁਸੀਂ ਕਈ ਕਈ ਪੀੜ੍ਹੀਆਂ ਤੋਂ ਥੋੜਾ ਥੋੜਾ ਕਰਕੇ ਬਚਾਉਂਦੇ ਆਉਂਦੇ ਸੀ ਉਹਨਾਂ ਇੱਕ ਜਨਮ ਲਾਉਣਾ ਹੈ ਸਾਰਾ ਸਾਫ਼ ਕਰ ਦੇਣਾ। ਉਹ ਕਰੀ ਜਾਂਦੇ ਆ ਸਾਫ਼। ਜਿਹੜੀਆਂ ਬਾਪ ਪਿਤਾਦਿਆਂ ਦੀਆਂ ਕਮਾਈਆਂ ਜ਼ਮੀਨਾਂ ਦੇ ਦਿੱਤਾ ਆ ਉਹ ਦੇਖੋ ਹੋਈ ਜਾਂਦਾ ਸਾਰਾ ਖੇਲ ਸਾਹਮਣੇ ਹੋ ਰਿਹਾ ਤੇ ਇਹ ਉਜਾੜਾ ਨਾ ਹੋ ਜਾਏ ਪੰਜਾਬ ਨੂੰ ਬਚਾਈਏ ਪੰਜਾਬੀਅਤ ਨੂੰ ਬਚਾਈਏ ਗੁਰਬਾਣੀ ਗੁਰੂ ਦੇ ਬਚਨਾਂ ਤੇ ਪਹਿਰਾ ਦੇਈਏ ਆਪਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਈਏ। ਸਿਮਰਨ ਕਰਕੇ ਆਪ ਦੀ ਦੇਹੀ ਦੇ ਵਿੱਚ ਨਾਦ ਨੂੰ ਪ੍ਰਗਟ ਕਰੀਏ ਮਾਲਕ ਨੂੰ ਬੇਨਤੀਆਂ ਕਰੀਏ ਕਿ ਸਾਨੂੰ ਦੁਬਾਰਾ ਆਪ ਦੇ ਨਾਲ ਟੁੱਟਿਆਂ ਹੋਇਆਂ ਨੂੰ ਗੰਢ ਲਓ ਜੋ ਬਚਨ ਤੁਸੀਂ ਇੱਥੇ ਸੁਣਿਆ ਠੋਕ ਕੇ ਪਹਿਰਾ ਦੇਣਾ ਗੁਰਮੰਤਰ ਦਾ ਅਭਿਆਸ ਇੱਥੇ ਵੀ ਕਰਨਾ ਹੈ ਘਰਾਂ 'ਚ ਵੀ ਕਰਨਾ ਹੈ ਪਰਿਵਾਰ ਰੂਪ ਵਿੱਚ ਕਰਨਾ ਹੈ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮਖ ਬੈਸੋ ਸਫਾ ਵਿਛਾਏ ਹੋਰ ਵੀ ਜਿਹੜੇ ਤੁਹਾਡੇ ਗੁਰਮਖ ਨੇ ਉਹਨਾਂ ਨੂੰ ਅੱਗੇ ਨਾਮ ਦੀ ਕਹਾਣੀ ਦਾ ਭੇਤ ਦਿਓ ਨਾਦ ਬਾਰੇ ਦੱਸੋ ਔਰ ਦੱਸੋ ਕਿਵੇਂ ਪੰਜੇ ਦੂਤ ਅੰਦਰੋਂ ਵਿਚਾਰਾਂ ਦੇ ਕੇ ਸਾਡੇ ਨਾਲ ਠੱਗੀ ਕਰ ਰਹੇ ਆ ਸਾਨੂੰ ਲੁੱਟ ਰਹੇ ਆ ਤੇ ਕਿਵੇਂ ਆਪਾਂ ਇਹਨਾਂ ਪੰਜਾਂ ਦੂਤਾਂ ਤੋਂ ਕਾਲ ਤੋਂ ਦੁਨਿਆਵੀ